ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਸਵਾਗਤ ਹੈ ਮੇਰੇ ਯੂਟਿਊਬ ਚੈਨਲ ਵਲੌਗ ਹੰਟਰ ਵਿੱਚ। ਅਤੇ ਦੋਸਤੋ, ਅੱਜ ਦੀ ਇਸ ਵੀਡੀਓ ਵਿੱਚ ਆਪਾਂ ਤੁਹਾਨੂੰ ਅੰਮ੍ਰਿਤਸਰ ਦੇ ਜਿਹੜੇ ਫੇਮਸ ਫੂਡ ਕੋਰਨਰ ਉਹਨਾਂ ਬਾਰੇ ਵਿਖਾਵਾਂਗੇ, ਜਿਵੇਂ ਜਲੇਬੀਆਂ ਵਾਲੀ ਦੁਕਾਨ ਹੋ ਗਈ, ਜਿਵੇਂ ਭਰਾਵਾਂ ਦਾ ਢਾਬਾ, ਡਿੰਪੇ ਦੇ ਗੋਲ ਗੱਪੇ, ਇਹ ਬਹੁਤ ਮਸ਼ਹੂਰ ਅੰਮ੍ਰਿਤਸਰ 'ਚ। ਅਤੇ ਅੱਜ ਆਪਾਂ ਆਏ ਹੋਏ ਹਾਂ ਭਰਾਵਾਂ ਢਾਬੇ ਦੀ ਜਿਹੜੀ ਅਲਫਾ ਵਨ ਵਾਲੀ ਐਕਸ ਮੌਲ ਵਾਲੀ ਬ੍ਰਾਂਚ, ਉਹਦੇ ਵਿੱਚ ਆਓ ਦੋਸਤੋ, ਤੁਹਾਨੂੰ ਵਿਖਾਉਂਦੇ ਹਾਂ ਇੱਥੇ ਤੁਹਾਨੂੰ ਖਾਣ ਪੀਣ ਲਈ ਕੀ ਕੀ ਮਿਲੂਗਾ। ਦੋਸਤੋ, ਤੁਹਾਨੂੰ ਕੇਸਰ ਦਾ ਢਾਬਾ ਵੀ ਦਿਖਾਵਾਂਗੇ। ਲਓ ਵੀ, ਇਹ ਆ ਗਿਆ ਜੀ ਭਰਾਵਾਂ ਦਾ ਢਾਬਾ। ਅੰਮ੍ਰਿਤਸਰ 'ਚ ਦੋ ਢਾਬੇ ਬਹੁਤ ਮਸ਼ਹੂਰ ਆ, ਇੱਕ ਭਰਾਵਾਂ ਦਾ ਢਾਬਾ ਅਤੇ ਇੱਕ ਕੇਸਰ ਦਾ ਢਾਬਾ, ਦੋਵੇਂ ਐਂਡ ਆ ਜੀ। ਦੋਸਤੋ, ਭਰਾਵਾਂ ਦਾ ਢਾਬਾ ਬਹੁਤ ਚੱਲਦਾ, ਜਿਵੇਂ ਵੇਖ ਸਕਦੇ ਹੋਣੇ ਇੱਥੇ ਟੇਬਲ ਵਾਰੀ ਨਾਲ ਹੀ ਮਿਲਦੇ ਆ। ਹੁਣੇ ਇੱਕ ਉੱਠ ਕੇ ਗਏ ਇੱਥੋਂ ਦੇ, ਨਹੀਂ ਵੇਖ ਸਕਦੇ ਸਫਾਈ ਦੀ, ਹੁਣੇ ਆਏ ਅਤੇ ਮਿੰਟੋ ਮਿੰਟੋ ਸਫਾਈ ਕਰ ਰਹੇ, ਤਾਂ ਵੀ ਕਿੰਨਾ ਟਾਈਮ ਲੱਗ ਰਿਹਾ ਉਹਨਾਂ ਨੂੰ। ਲੋ ਵੀ ਦੋਸਤੋ, ਆਪਾਂ ਵੇਖਦੇ ਹਾਂ ਵੀ ਆਪਾਂ ਨੂੰ ਭਰਾਵਾਂ ਢਾਬੇ 'ਚ ਖਾਣ ਦੀ ਕੀ ਮਿਲਦਾ। ਅੱਛਾ ਜੀ, ਇਹ ਦਾਲ ਫਰਾਈ, ਦਾਲ ਮੱਖਣੀ, ਜੈਲੋ ਦਾਲ, ਰਾਜਮਾਂਹ, ਗੋਭੀ, ਪਨੀਰ, ਪਾਲਕ ਪਨੀਰ, ਕੜਾਹੀ ਪਨੀਰ, ਮਤਲਬ ਪਨੀਰ ਦੀਆਂ ਤਾਂ ਬਹੁਤ ਵਰਾਇਟੀਆਂ, ਕਿਉਂਕਿ ਪੰਜਾਬੀ ਪਨੀਰ ਦੇ ਕਾਫੀ ਸ਼ੌਕੀਨ ਹੁੰਦੇ। ਲੱਸੀ ਵਗੈਰਾ ਮਿਲ ਜੂ ਤੁਹਾਨੂੰ ਇੱਥੇ, ਰਾਈਸ ਵਗੈਰਾ, ਰਾਇਤਾ, ਰਾਇਤੇ 'ਚ ਵੀ ਤੁਹਾਨੂੰ ਕਾਫੀ ਜ਼ਿਆਦੀਆਂ ਵਰਾਇਟੀਆਂ ਮਿਲਣਗੀਆਂ, ਜਿਵੇਂ ਬੂੰਦੀ ਰਾਇਤਾ ਹੋ ਗਿਆ, ਮਿਕਸ ਰਾਇਤਾ ਹੋ ਗਿਆ, ਪਾਈਨਐਪਲ ਰਾਇਤਾ, ਦਹੀਂ ਭੱਲਾ, ਦਹੀਂ ਭੱਲੇ ਅੰਮ੍ਰਿਤਸਰ ਦੇ ਕਾਫੀ ਮਸ਼ਹੂਰ ਆ, ਪਾਪੜ ਰੋਸਟਡ ਹੋ ਗਿਆ। ਇਹ ਤੋਂ ਇਲਾਵਾ ਦੋਸਤੋ ਥਾਲੀ ਮਿਲੂਗੀ, ਥਾਲੀ ਕਾਫੀ ਸਸਤੀ ਪੈਂਦੀ ਵੈਸੇ, ਜੇ ਤੁਸੀਂ ਜ਼ਿਆਦਾ ਜਾਣੋਗੇ ਫਿਰ ਤੁਸੀਂ ਕੱਲੀ ਕੱਲੀ ਕੀਲ ਕਰਾਓ, ਅਤੇ ਜੇ ਤੁਸੀਂ ਥੋੜ੍ਹੇ ਜਾਣੇ ਜੇ ਫਿਰ ਤੁਸੀਂ ਥਾਲੀ ਕਰਾ ਲਓ, ਥਾਲੀ ਤੁਹਾਨੂੰ ਬੈਸਟ ਆ। ਅਸੀਂ ਤਾਂ ਅੱਜ ਕਰਾ ਰਹੇ ਹਾਂ, ਕਿਹੜੀ ਕਰਾਈਏ ਆਪਾਂ ਥਾਲੀ ਅੱਜ? ਆ ਵੈਜ ਥਾਲੀ ਠੀਕ ਆ, ਦਾਲ ਪਨੀਰ ਆ ਜਾਣਾ, ਚਲਾ ਮਸਾਲਾ ਆ ਜਾਣਾ, ਅਤੇ ਦਹੀਂ ਰਾਇਤਾ ਆ ਜਾਣਾ, ਪਾਪੜ, ਰਾਈਸ, ਹਾਂ ਇਹ ਕਰਾ ਲੈਂਦੇ ਆਪਾਂ। ਸਨੈਕਸ ਵੀ ਮਿਲ ਜਾਣਗੇ ਦੋਸਤੋ ਇੱਥੇ, ਚਾਈਨੀਜ਼ ਵੀ ਹੈਗਾ ਥੋੜ੍ਹਾ ਬਹੁਤਾ, ਕਰੀਮ ਟਮੈਟੋ ਹੋ ਗਿਆ, ਸਵੀਟ ਕੋਰਨ ਹੋ ਗਈ, ਹੋਟ ਸ਼ੋਰ ਹੋ ਗਿਆ, ਇਵੇਂ ਦੀਆਂ ਚੀਜ਼ਾਂ। ਹਾਂ ਇਹ ਹੈਗਾ ਦੋਸਤੋ ਆਪਣਾ ਫੇਵਰੇਟ ਪਾਰਟ, ਪੀਜ਼ਾ ਵਗੈਰਾ ਵੀ ਹੈਗਾ ਵੈਸੇ ਤਾਂ ਇਹਦੇ, ਡੈਜ਼ਰਟ ਵਾਲਾ, ਡੈਜ਼ਰਟ 'ਚ ਹੈਗੀ ਇੱਥੇ, ਖੀਰ ਹੈਗੀ ਜੀ ਬਦਾਮਾਂ ਵਾਲੀ, ਅਤੇ ਰਸਗੁੱਲਾ ਵੀ, ਹਾਂ ਗੁਲਾਬ ਜਾਮੁਨ, ਗੁਲਾਬ ਜਾਮੁਨ ਫੇਵਰੇਟ ਆਪਣੇ, ਆਈਸਕ੍ਰੀਮ ਪਲੇਨ, ਨਟਸ, ਮਟਕਾ ਕੁਲਫੀ। ਦੋਸਤੋ ਮਟਕਾ ਕੁਲਫੀ ਜ਼ਰੂਰ ਖਾਈ ਜੇ ਤੁਸੀਂ ਅੰਮ੍ਰਿਤਸਰ ਆਏ ਜੇ ਤਾਂ। ਬਸ ਬਸ ਇੰਨਾ ਹੀ ਆ, ਇਹ ਆ ਦੋਸਤੋ ਇੱਥੇ ਜੋ ਵਰਾਇਟੀਆਂ ਮਿਲਦੀਆਂ ਭਰਾਵਾਂ ਢਾਬੇ 'ਤੇ। ਚਲੋ ਆਪਾਂ ਵੀ ਹੁਣ ਔਡਰ ਕਰ ਦਈਏ ਆਵਾਜ਼ ਨੂੰ। ਇਹ ਆ ਗਈ ਜੀ ਆਪਣੀ ਭਰਾਵਾਂ ਦੇ ਢਾਬੇ 'ਤੇ ਜਿਹੜੀ ਸਪੈਸ਼ਲ ਥਾਲੀ, ਸਪੈਸ਼ਲ ਵੈਜ ਥਾਲੀ ਜਿਹਨੂੰ ਆਉਂਦੇ ਆ। ਇਹਦੇ ਵਿੱਚ ਕੀ ਕੀ ਵਰਾਇਟੀ ਹੈ ਜੀ? ਦਾਲ ਆ ਜੀ ਇਹਦੇ ਵਿੱਚ, ਹੈਗੇ ਚਿੱਟੇ ਛੋਲੇ ਹੈਗੇ ਆ ਜੀ, ਪਨੀਰ ਆ, ਦਹੀਂ ਹੈਗਾ ਰਾਇਤੇ ਵਾਲਾ ਜੀ, ਫਿਰ ਅੱਜ ਕੱਲ੍ਹ ਕਾਫੀ ਜ਼ਿਆਦਾ ਜਿਹੜੇ ਟਰੈਂਡ ਚੱਲ ਰਹੇ ਗੰਢੇ ਆ ਜੀ, ਉਸ ਤੋਂ ਇਲਾਵਾ ਚੌਲ ਆ, ਪਾਪੜ ਆ, ਅਤੇ ਲੱਛਾ ਪਰਾਂਠਾ ਜੀ, ਅਤੇ ਇਸ ਤੋਂ ਇਲਾਵਾ ਐਕੁਆ ਸ਼ੋਰ ਵਾਲਿਆਂ ਦਾ ਨਾ ਜੀ ਆਪਾਂ ਨੂੰ ਪਾਣੀ ਵੀ ਦਿੱਤਾ, ਇਹਦੇ ਨਾਲ ਆਪਾਂ ਨੂੰ ਦਿੱਤੀ ਉਹਨਾਂ ਕੰਪਲੀਮੈਂਟਲੀ ਹਰੀ ਮਿਰਚ, ਅਤੇ ਅਚਾਰ ਹੈਗਾ ਜੀ ਇੱਥੇ ਗਲਗਲ ਦਾ ਅਚਾਰ ਆ ਜੀ, ਅਦਰਕ ਦਾ ਅਤੇ ਮਿਰਚ ਦਾ ਅਚਾਰ। ਦੋਸਤੋ ਹੁਣ ਆਪਾਂ ਖਾਈਏ ਪ੍ਰਸ਼ਾਦਾ, ਬਾਕੀ ਦੀ ਵੀਡੀਓ ਆਪਾਂ ਪ੍ਰਸ਼ਾਦਾ ਖਾਣ ਤੋਂ ਬਾਅਦ। ਵਰਾਇਟੀਆਂ ਤਾਂ ਬਹੁਤ ਜ਼ਿਆਦੀਆਂ, ਕਿਹੜੀ ਕਿਹੜੀ ਚਲਾਈਏ? ਲਓ ਵੀ ਦੋਸਤੋ, ਆਪਾਂ ਕਰ ਲਈਏ ਆਪਣੀ ਮੀਲ ਫਿਨਿਸ਼, ਅਤੇ ਬਹੁਤ ਹੀ ਜ਼ਿਆਦਾ ਸਵਾਦ ਹੀ ਕੰਮ, ਖਾਸ ਕਰਕੇ ਜਿਹੜਾ ਦਹੀਂ ਹੀ ਅਤੇ ਜਿਹੜੀ ਪਨੀਰ ਦੀ ਸਬਜ਼ੀ, ਆਹ ਕਿਆ ਬਾਤਾਂ, ਬਹੁਤ ਹੀ ਜ਼ਿਆਦਾ ਆਨੰਦ ਆਇਆ ਦੋਸਤੋ। ਅਤੇ ਜੇ ਤੁਸੀਂ ਅੰਮ੍ਰਿਤਸਰ ਆਉਂਦੇ ਜੀ ਤਾਂ ਭਰਾਵਾਂ ਦਾ ਢਾਬਾ ਜ਼ਰੂਰ ਵਿਜ਼ਿਟ ਕਰਿਓ। ਦੋਸਤੋ ਇਹ ਆ ਅੰਮ੍ਰਿਤਸਰ ਦੀ ਸਭ ਤੋਂ ਮਸ਼ਹੂਰ ਜਲੇਬੀਆਂ ਦੀ ਦੁਕਾਨ, ਗੁਰਦਾਸ ਰਾਮ ਜਲੇਬੀਆਂ ਵਾਲਾ। ਦੋਸਤੋ ਇਹ ਜਿਹੜੀ ਦੁਕਾਨ ਹੈ ਕਾਲਕਾ ਸਾਹਿਬ ਤੋਂ ਜਦੋਂ ਤੁਸੀਂ ਬੱਸ ਸਟੈਂਡ ਨੂੰ ਜਾਓਗੇ ਨਾ, ਉਹਦੇ ਰਸਤੇ ਵਿੱਚ ਆਉਂਦੀ ਆ। ਅਤੇ ਦੋਸਤੋ ਇਹਦੀਆਂ ਜਲੇਬੀਆਂ ਜਿਹੜੀਆਂ ਬਹੁਤ ਮਸ਼ਹੂਰ ਆ, ਹੁਣ ਵੀ ਦੇਖ ਲਓ ਕਿੱਦਾਂ ਭੀੜ ਲੱਗੀ, ਹਰ ਟਾਈਮ ਇੱਥੇ ਭੀੜ ਰਹਿੰਦੀ ਆ।
दोस्तो जिमें कि तुम वेख सकते जी आम तौर पर जलेबियों का 100 रुपये रेट हों पर गुरदास राम दी जलेबियों का रेट जरा 440 रुपये किलो आता भी देख लो इन्नी भीड़ लगी तुम आप हिसाब ला लो भी ये कि स्वाद होनगियाँ जीडिया इन मशहूर आ जलेबियाँ दोस्तों जे तुम जल्हे बाग लागू आना तो तुम्हें घंटा घर मार्केट के सामने जो रस्ता उधर भी तुम आ सकते जी गुरदास राम जलेबियों वाले दी ਕਹਿੰਦਾ ਭਾਅ ਜੀ ਕਿੰਨੀ ਪੁਰਾਣੀ ਦੁਕਾਨ ਵੀਰ ਆਪਣੀ ਹੈ 64 ਸਾਲ ਪੁਰਾਣੀ ਬੜੀ ਮਸ਼ਹੂਰ ਹੈ ਨਾ ਜੀ ਗੁਰਦਾਸ ਰਾਮ ਜਲੇਬੀ ਵਾਲਾ ਜੀ ਜਲੇਬੀਆਂ ਤੋਂ ਇਲਾਵਾ ਦੋਸਤੋ ਤੁਹਾਨੂੰ ਇੱਥੇ ਗੁਲਾਬ ਜਾਮੁਨ ਵੀ ਮਿਲਣਗੇ ਅਤੇ ਉਸ ਤੋਂ ਇਲਾਵਾ ਮੱਠੀਆਂ ਪਨੀਰ ਖਜੂਰ ਦੋਸਤੋ ਇਹ ਖਜੂਰ ਵੀ ਕਾਫੀ ਮਸ਼ਹੂਰ ਇਹਨਾਂ ਦੀ ਇਸ ਤੋਂ ਇਲਾਵਾ ਪਿੰਨੀਆਂ ਵੇਸਣ ਦੀਆਂ ਵੀਰ ਕਿੰਨੇ ਵਜੇ ਖੁੱਲਦੀ ਦੁਕਾਨ ਆਪਣੀ ਬਾਈ ਕਿੰਨੇ ਵਜੇ ਖੁੱਲਦੀ ਦੁਕਾਨ ਆਪਣੀ ਕਿੰਨੇ ਵਜੇ ਤੱਕ ਹੁੰਦੀ ਰਾਤ 11 ਵਜੇ ਤੱਕ ਤੇ ਕਿਹੜਾ ਬਾਜ਼ਾਰ ਵੀਰੇ ਇਹ ਬਾਜ਼ਾਰ ਕਿਹੜਾ ਕਟਰਾ ਆਲੂਵਾਲੀਆ ਠੀਕ ਆ ਜੀ ਧੰਨਵਾਦ ਲਓ ਵੀ ਦੋਸਤੋ ਹੁਣ ਆ ਗਏ ਆਪਾਂ ਕੇਸਰ ਦੇ ਢਾਬੇ ਇਹ ਵੀ ਭਰਾਵਾਂ ਦੇ ਢਾਬੇ ਵਾਂਗੂ ਬਹੁਤ ਮਸ਼ਹੂਰ ਆ ਅੰਮ੍ਰਿਤਸਰ 'ਚ ਕੇਸਰ ਦਾ ਢਾਬਾ ਇੱਥੇ ਮਹਿਕ ਆ ਰਹੀ ਇਹਦੀ ਜੀ ਸਮਾਨ ਦੀ ਮਠਿਆਈਆਂ ਦੀ ਲਓ ਵੀ ਇਹ ਆ ਗਿਆ ਕੇਸਰ ਦਾ ਢਾਬਾ ਜੀ ਦੇਖੀ ਜਾ ਕੇ ਕੀ ਵਰਾਇਟੀ ਆਈ ਕੇਸਰ ਦੇ ਢਾਬੇ 'ਚ ਦੋਸਤੋ ਕੇਸਰ ਦੇ ਢਾਬੇ ਦੀ ਨਾ ਜਿਹੜੀ ਦਾਲ ਫਰਾਈ ਆ ਨਾ ਜੀ ਉਹ ਬਹੁਤ ਹੀ ਜ਼ਿਆਦਾ ਮਸ਼ਹੂਰ ਆ ਅਤੇ ਉਹ ਵੀ ਤੁਹਾਨੂੰ ਦੱਸਾਂਗੇ ਅਤੇ ਪਹਿਲਾਂ ਆਪਾਂ ਕੁਝ ਖਾ ਲਈਏ ਫਿਰ ਮੈਸ ਤਾਂ ਬਹੁਤ ਤਗੜੀ ਇਹਨਾਂ ਦੀ ਲਓ ਜੀ ਇਹ ਹੈਗਾ ਕੇਸਰ ਦਾ ਢਾਬਾ ਤਾਂ ਵੇਖੀ ਹੁਣ ਕੀ ਵਰਾਇਟੀ ਇੱਥੇ ਖਾਣ ਨੂੰ ਇਹ ਦੇਖ ਜੀ ਦਾਲ ਫਰਾਈ ਰਾਇਤਾ ਰਾਜਮਾਂਹ ਆਲੂ ਪਰਾਂਠਾ ਚਪਾਤੀ ਪਲੇਨ ਦੋਸਤੋ ਬਾਜ਼ਾਰ ਖਾਲੀ ਵਿਆਹ 'ਚ ਪਰ ਇਹ ਢਾਬਾ ਜਿਹੜਾ ਇਹ ਫੁੱਲ ਹਜੇ ਵੀ ਕੇਸਰ ਦਾ ਢਾਬਾ ਅਤੇ ਟੂਰਿਸਟ ਇੰਨਾ ਕੁ ਜ਼ਿਆਦਾ ਇੱਥੇ ਅੰਗਰੇਜ਼ ਬਹੁਤ ਆਉਂਦੇ ਆ ਜੀ ਇਹਦੇ ਆਪਾਂ ਤਾਂ ਦੋਸਤੋ ਅੱਜ ਰੱਜੇ ਪਏ ਹਾਂ ਅਤੇ ਤਾਂ ਕਰਕੇ ਆਪਾਂ ਖਾਵਾਂਗੇ ਅੱਜ ਸਿਰਫ ਰਸ ਮਲਾਈ ਲਓ ਜੀ ਇਹ ਆ ਗਈ ਆਪਣੀ ਰਸ ਮਲਾਈ ਅਤੇ ਵਿਹਨੇ ਹੁਣ ਖਾ ਕੇ ਰਸ ਮਲਾਈ ਕਿੱਦਾਂ ਸਵਾਦ ਆਈ ਰਸ ਮਲਾਈ ਦੇ ਇੱਥੇ ਦੋਸਤੋ ਕਰ ਰਹੇ ਆ ਤਿਆਰੀ ਇਹ ਥਾਲੀ ਲਾਉਣ ਦੀ ਜਿਵੇਂ ਦਹੀਂ ਵਗੈਰਾ ਜਾਂ ਸਬਜ਼ੀਆਂ ਵਗੈਰਾ ਪਾ ਪਾ ਰਹੇ ਆ ਪਲੇਟਾਂ ਵਿੱਚ ਲਗਾ ਰਹੇ ਆ ਅਤੇ ਦੋਸਤੋ ਇਹ ਆ ਜੀ ਸਲਾਦ ਜਿਹੜਾ ਨਾਲ ਦਿੰਦੇ ਖਾਣ ਨੂੰ ਉਹ ਸਜਾਇਆ ਹੋਇਆ ਉਹ ਵੀ ਸਰਵਿਸ ਬਹੁਤ ਤੇਜ਼ ਚਾਹੀਦੀ ਹੈ ਇਸੇ ਕਰਕੇ ਉਹ ਜਿਹੜਾ ਸਮਾਨ ਉਹ ਜਮ੍ਹਾਂ ਕਰ ਕਰ ਰੱਖੀ ਜਾਂਦੇ ਆ ਜੀ ਅਤੇ ਦੋਸਤੋ ਸਫਾਈ ਜਿਹੜੇ ਚਿੱਬ ਕੱਢੇ ਪਏ ਆ ਬਹੁਤ ਵਧੀਆ ਖਿੱਚ ਕੇ ਰੱਖਿਆ ਹੋਇਆ ਕੰਮ ਜਿੱਦਾਂ ਤੁਸੀਂ ਵੇਖ ਸਕਦੇ ਸਫਾਈ ਦਾ ਪੂਰਾ ਧਿਆਨ ਰੱਖਦੇ ਆ ਜੀ ਇਹ ਬਣ ਰਹੀਆਂ ਜੀ ਸਬਜ਼ੀਆਂ ਇੱਥੇ ਕਿ ਬਾਈ ਤੜਕੇ ਲਾਉਂਦੇ ਤੜਕੇ ਲਾਉਂਦੇ ਅੱਛਾ ਤੜਕੇ ਅੰਦਰ ਲਾਉਂਦੇ ਠੀਕ ਹੈ ਇੱਥੇ ਤੰਦੂਰ ਆਈ ਤਿੰਨ ਲਗਾਤਾਰ ਚੱਲ ਰਹੇ ਆ ਦਾਲਾਂ ਦੋ ਪਤੀਲੀਆਂ ਰਹੀਆਂ ਹੁੰਦੀਆਂ ਇੱਥੇ ਲੱਗਦੇ ਤੜਕੇ ਬਾਈ ਸਾਹਿਬ ਜੇ ਦਾਲ ਕਾ ਇੱਕ ਬਰਤਨ ਕਿੰਨੇ ਟਾਈਮ ਮੇ ਬਣਦਾ ਬਾਰਾਂ ਘੰਟੇ ਇੱਕ ਰੁੱਤੇ ਪੂਰੇ ਦਿਨ ਮੇ ਦੋ ਪੂਰੇ ਦਿਨ ਮੇ ਚਾਰ ਵਜੇ ਤਿਆਰ ਹੋਗਾ ਆਪਾਂ ਵਜੇ 12 ਵਜੇ ਔਰ ਜੇ ਸ਼ਾਮ ਤੋਂ 5 5:30 ਵਜੇ ਆ ਰਹੇ ਹਾਂ ਮਤਲਬ 5:30 ਵਜੇ
ਭਾਜਣੇ ਜੀ ਇੱਕ ਪਤੀਲੇ ਨੂੰ ਤਿਆਰ ਹੁੰਦੇ ਆ ਜਿਹੜੇ ਮਸ਼ਹੂਰ ਕੇਸਰ ਦਾ ਢਾਬਾ ਬਹੁਤ ਜ਼ਿਆਦਾ ਚੱਲਦਾ ਅਤੇ ਬਾਜ਼ਾਰ ਅੱਜ ਖਾਲੀ ਪਿਆ ਪਰ ਜਿਹੜਾ ਇਹ ਢਾਬਾ ਜੀ ਇਹ ਢਾਬਾ ਜੀ ਟੂਰਿਸਟ ਨਾਲ ਪੂਰਾ ਫੁੱਲ ਅਤੇ ਕਾਫੀ ਵੱਡਾ ਵਾ ਕੇਸਰ ਦਾ ਢਾਬਾ ਹੈਗਾ ਭੀੜੇ ਜਿਹੇ ਬਾਜ਼ਾਰ 'ਚ ਜਿਹੜਾ ਜੀ ਗੁਰੂ ਤੇਗ ਬਹਾਦਰ ਦਾ ਜਿੱਥੇ ਪ੍ਰਕਾਸ਼ ਹੋਇਆ ਗੁਰੂ ਕੇ ਮਹਲ ਉਹਦੀ ਬੈਕ ਸਾਈਡ 'ਤੇ ਆ ਜੀ ਇਹ ਕੇਸਰ ਦਾ ਢਾਬਾ ਤੁਸੀਂ ਉੱਧਰ ਨੂੰ ਜਦੋਂ ਆਓਗੇ ਨਾ ਗੁਰੂ ਕੇ ਮਹਲ ਨੂੰ ਜੀ ਅਕਾਲ ਤਖਤ ਸਾਹਿਬ ਦੀ ਬੈਕ ਸਾਈਡ 'ਤੇ ਨਾ ਕੇਸਰ ਦਾ ਢਾਬਾ ਅਤੇ ਬਹੁਤ ਜ਼ਿਆਦਾ ਵੀ ਚੱਲਦਾ ਜੀ ਅਤੇ ਮਸ਼ਹੂਰ ਬਹੁਤ ਜੀ ਅੰਮ੍ਰਿਤਸਰ 'ਚ ਵੀ 100 ਸਾਲ ਤੋਂ ਜ਼ਿਆਦਾ ਹੋ ਗਿਆ ਜੀ ਇਹ ਢਾਬੇ ਨੂੰ ਬਣੇ ਆਪਣੇ ਨਾਲ ਲਿਖ ਕੇ ਵੀ ਲਾਇਆ ਹੋਇਆ ਵੀ 400 ਈਅਰਸ ਦੋਸਤੋ ਤੁਹਾਨੂੰ ਅੱਜ ਦਾ ਸਾਡਾ ਇਹ ਫੂਡ ਵਾਲਾ ਵੀਡੀਓ ਕਿੱਦਾਂ ਲੱਗਾ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਸਾਡਾ ਯੂਟਿਊਬ ਚੈਨਲ ਵਲੌਗ ਹੰਟਰ ਜ਼ਰੂਰ ਸਬਸਕ੍ਰਾਈਬ ਕਰਿਓ ਅਤੇ ਸਾਡੀ ਵੀਡੀਓ ਜ਼ਰੂਰ ਸ਼ੇਅਰ ਕਰਿਓ ਧੰਨਵਾਦ ਜੀ।